ਸੀ ਸੁਣ ਰਹੇ ਹੋ ਚਾਵਲਾ نیوز ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਪੁਣਾ ਦਾ ਸਵਾਗਤ ਕਰਦੇ ਆਂ ਜੀ ਦਾ ਸਭ ਵੈਲਕਮ ਸਵਾਗਤ ਹੈ ਜੀ ਹੈ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਚਾਵਲਾ ਸਾਹਿਬ ਸਤ ਸ੍ਰੀ ਅਕਾਲ ਸਾਰੇ ਦਰਸ਼ਕਾਂ ਸੋਤਿਆਂ ਨੂੰ ਜੀ ਧੰਨਵਾਦ ਨਾਲ ਦੋਲੀ ਚਾਰਾ ਸਾਹਿਬ ਸ਼ੁਕਰੀ ਜੀ ਅਕੀਦਾ ਸਾਹਿਬ ਬਿਹਾਰ ਦੇ ਵਿੱਚ ਕੱਲ ਵੀ ਆਪਾਂ ਖਬਰ ਲਾਈ ਸੀ ਜਾਤੀ ਆਧਾਰਿਤ ਜਨ ਗਣਨਾ ਇਹ ਅੰਕੜੇ ਜਾਰੀ ਕਰਨ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਵਿੱਚ ਕਪਟੀਸ਼ਨ ਪਈ ਹੈ। ਇਹਦੀ ਸੁਣਵਾਈ ਪਤਾ ਲੱਗਾ ਕਿ 6 ਅਕਤੂਬਰ ਨੂੰ ਹੋਵੇਗੀ ਉਧਰ ਸੀਐਮ ਨਤੀਸ਼ ਕੁਮਾਰ ਨੇ ਸਰਬਦਲੀ ਮੀਟਿੰਗ ਵੀ ਬੁਲਾ ਲਈ। ਕੀ ਕਹਿਣਾ ਚਾਹੋਗੇ? ਸਰਬਦਲੀ ਮੀਟਿੰਗ ਦਾ ਇਸ ਕਰਕੇ ਆ ਚਾਵਲਾ ਸਾਹਿਬ ਕਿਉਂਕਿ ਬਿਹਾਰ ਦੇ ਵਿੱਚ ਨਾ ਕਈ ਕਈ ਪੱਖਾਂ ਵੱਲੋਂ ਇਹਦੀ ਆਲੋਚਨਾ ਵੀ ਹੋ ਰਹੀ ਹੈ ਬੀਜੇਪੀ ਵੱਲੋਂ ਕਿ ਜਾਤੀ ਆਧਾਰ ਜਨਗਣਨਾ ਦੇ ਅੰਕੜੇ ਜਾਰੀ ਕਰਨ ਦੀ ਲੋੜ ਨਹੀਂ ਸੀਗੀ। ਹੂੰ। ਉਹਨਾਂ ਨੇ ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਸਾਰੇ ਦਲਜੀ ਦੇ ਵਿਧਾਇਕਦਲ ਹੈਗਾ ਸਾਰਿਆਂ ਨੂੰ ਹੀ ਉਹਨਾਂ ਦੀ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਨਾਲ ਸਪਸ਼ਟ ਕੀਤਾ ਕਿ ਇਹ ਅੰਕੜੇ ਜਾਰੀ ਕਰਨ ਲਾਜ਼ਮੀ ਸੀਗੇ ਪਰ ਦੂਜੇ ਪਾਸੇ ਜਿਹੜੀ ਪਟੀਸ਼ਨ ਪਈ ਆ ਸੁਪਰੀਮ ਕੋਰਟ ਦੇ ਵਿੱਚ ਉਸ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਪਹਿਲਾਂ ਬਿਹਾਰ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਅੰਕੜੇ ਜਾਰੀ ਨਹੀਂ ਕਰਾਂਗੇ ਜਾਤੀ ਜਨਗਣਨਾ ਕਰਾਵਾਂਗੇ ਪਰ ਅੰਕੜੇ ਜਾਰੀ ਨਹੀਂ ਕਰਾਂਗੇ ਅਸੀਂ ਉਹਨਾਂ ਨੇ ਅੰਕੜੇ ਜਾਰੀ ਕਰ ਦਿੱਤੇ ਆ ਜਿਸ ਕਰਕੇ ਇਹ ਉਹਨਾਂ ਨੇ ਸੁਪਰੀਮ ਕੋਰਟ ਦੀ ਜਿਹੜੀ ਕਹਿਣ ਦਾ ਜੋ ਸੀਗਾ ਉਹਦਾ ਸੁਪਰੀਮ ਕੋਰਟ ਨੇ ਜੋ ਆਰਡਰ ਕੀਤੇ ਸੀ ਉਹਦੀ ਤੋਹਨ ਕੀਤੀ ਆ ਤੇ ਆਰਡਰ ਕੀਤੇ ਸੀ ਪਰ ਹੁਣ ਤੁਸੀਂ ਇਹਦਾ ਇਹ ਸੁਣੋ ਕੀ ਕਾਰਵਾਈ ਹੈ ਤੇ ਸੁਪਰੀਮ ਕੋਰਟ ਨੇ ਇਹਦੀ ਪਟੀਸ਼ਨ ਨੂੰ ਪ੍ਰਵਾਨ ਕਰਦੇ ਆ ਉਹਦੀ 6 ਅਕਤੂਬਰ ਨੂੰ ਸੁਣਵਾਈ ਰੱਖ ਲਈ ਆ ਭਾਵੇਂ ਕਿ ਕੱਲ ਜਬਰਤ ਅਚਾਨਕ ਕੀ ਉਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਪਰ 6 ਅਕਤੂਬਰ ਨੂੰ ਉਹਨਾਂ ਦੀ ਸੁਣਵਾਈ ਕੀਤੀ ਜਾਵੇਗੀ ਕਿ ਤੁਸੀਂ ਦੱਸੋ ਆਪਣਾ ਕੀ ਪੱਖ ਕਰਖਣਾ ਚਾਹੁੰਦੇ ਆ ਇਹ ਕਾਫੀ ਚਰਚਾ ਹੋ ਰਹੀ ਹੈ ਚਵਲਾ ਸਾਹਿਬ ਦੀ ਜਾਤੀ ਜਨਗਣਨਾ ਦੀ ਪੂਰੇ ਭਾਰਤ ਵਿੱਚ ਜਾਤੀ ਜਨਗਣਨਾ ਦਾ ਬਹੁਤ ਜ਼ਿਆਦਾ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਇਹ ਸੂਬਾ ਪਹਿਲਾ ਬਣ ਗਿਆ ਨਿਤਿਸ਼ ਕੁਮਾਰ ਨੇ ਇਹਦੀ ਬਾਜ਼ੀ ਮਾਰ ਲਈ ਹੈ ਤੇ ਪੂਰੇ ਭਾਰਤ ਵਿੱਚ ਉਹਨੇ ਮੰਗ ਉੱਠਣ ਲੱਗੀ ਹੈ ਕਿ ਪੂਰੇ ਭਾਰਤ ਵਿੱਚ ਕਿਉਂ ਨਾ ਜਾਤੀ ਜਨਗਣਨਾ ਕਰਾਈ ਜਾਵੇ ਪਰ ਭਾਜਪਾ ਇਸ ਤੋਂ ਕਾਫੀ ਖਫਾਇਗੀ ਹੈ ਚਵਲਾ ਸਾਹਿਬ ਅੱਛਾ ਜਿਹੜਾ ਇੱਕ ਬਿਆਨ ਦਿੱਤਾ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ 36 ਗੜ ਦੀ ਜਗਦਲਪੁਰ ਵਿੱਚ ਉਹ ਕਾਫੀ ਲੰਮਾ ਚੌੜਾ ਛਾਪਿਆ ਹੈ ਕਿ ਕਾਂਗਰਸ ਘੱਟ ਗਿਣਤੀਆਂ ਦਾ ਹੱਕ ਘੱਟ ਕਰਨਾ ਚਾਹੁੰਦੀ ਹੈ ਘੱਟ ਗਿਣਤੀਆਂ ਦਾ ਰੈਲੀ ਨੂੰ ਸਬੋਧਨ ਕਰਦੇ ਆ ਜਨਾਬ ਵੀ ਕਹਿੰਦੇ ਨੇ ਕਿ ਰਾਜਸਥਾਨ ਤੇ 36 ਕਾੜ ਵਿੱਚ ਅਪਰਾਧ ਦੀ ਹੋੜ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਚਾਹੋ ਤੜਾ ਸਾਹਿਬ ਅਸਲ ਵਿੱਚ ਨਾ ਕੱਲ ਮੋਦੀ ਜੀ ਇਸੇ ਸੰਦਰਭ ਵਿੱਚ ਬੋਲੇ ਆ ਜਿਹੜੀ ਜਾਤੀ ਜਨਗਣਨਾ ਹੈਗੀ ਆ ਉਹਨਾਂ ਨੇ ਕਿਹਾ ਕਿ ਇਹ ਅੰਕੜੇ ਜਾਰੀ ਕਰਕੇ ਕਾਂਗਰਸ ਉਹਨੇ ਕਾਂਗਰਸ ਸ਼ਬਦ ਵਰਤਿਆ ਨਿਤਿਸ਼ ਕੁਮਾਰ ਕਿਉਂਕਿ ਕਾਂਗਰਸ ਦਾ ਨਹੀਂ ਹੈਗਾ ਉਹਨਾਂ ਨੇ ਕਾਂਗਦੇ ਕਾਂਗਰਸ ਭਾਰਤ ਵਿੱਚ ਜਾਤੀ ਜਨਗਣਨਾ ਦੇ ਅੰਕੜੇ ਜਾਰੀ ਕਰਕੇ ਜਿਹੜੇ ਘੱਟ ਗਿਣਤੀਆਂ ਨੂੰ ਅੱਜ ਹੱਕ ਮਿਲ ਰਹੇ ਆ ਉਹ ਘੱਟ ਗਿਣਤੀਆਂ ਦੇ ਹੱਕ ਖੋਹਣਾ ਚਾਹੁੰਦੀ ਆ ਕਾਂਗਰਸ ਕਿਉਂਕਿ ਹੁਣ ਹੱਕ ਉਹਨਾਂ ਨੂੰ ਵੱਧ ਮਿਲ ਰਹੇ ਆ ਮਤਲਬ ਕਿ ਮੋਦੀ ਜੀ ਨੇ ਘੱਟ ਗਿਣਤੀਆਂ ਨੂੰ ਵੱਧ ਹੱਕ ਮਿਲਣ ਦਾ ਭਰਿਆ ਉਹ ਬੜਾ ਬੜੀ ਵੱਡੀ ਗੱਲ ਚਾवला ਸਾਹਿਬ ਕੇ ਘੱਟ ਗਿਣਤੀ ਦਾ ਅਸੀਂ ਬਹਿ ਸਕਦੇ ਹਾਂ ਕਿ ਘੱਟ ਗਿਣਤੀ ਦੇ ਹੱਕ ਹੋਣਾ ਚਾਹੁੰਦੀ ਹੈ ਮਤਲਬ ਇਹ ਸਮਝਣ ਲੱਗੀ ਕਿਦਾਂ ਛਤੀਸਗੜ੍ਹ ਦੀ ਜਿਹੜੀ ਹੈ ਉਹ ਇਸ ਰੈਲੀ ਦੇ ਵਿੱਚ ਕੀ ਕਹਿਣਾ ਕੀ ਚਾਹੁੰਦੇ ਨੇ ਮਤਲਬ ਕਿੱਧਰ ਨੂੰ ਇਸ਼ਾਰਾ ਹੈ ਅਸਲ ਵਿੱਚ ਇਸ਼ਾਰਾ ਚਾवला ਸਾਹਿਬ ਇਹ ਆ ਉਹ ਕਹਿੰਦੇ ਆ ਕਿ ਜਿਹੜੇ Hindu ਵੱਧ ਗਿਣਤੀ ਆ ਹਿੰਦੂਆਂ ਕੋਲੇ ਘੱਟ ਘੱਟ ਹੱਕ ਨੇ ਅੱਛਾ ਅਗਲੀ ਲਾਈਨ ਚ ਉਹਨੇ ਕਿਹਾ ਹਿੰਦੂਆਂ ਕੋਲੇ ਹੱਕ ਘੱਟ ਨੇ ਹਿੰਦੂ ਨੂੰ ਹੱਕ ਘੱਟ ਮਿਲ ਰਿਹਾ ਮੈਂ ਇਹ ਕਹਾਂਗਾ ਹਿੰਦੂਆਂ ਨੂੰ ਕਿ ਤੁਸੀਂ ਆਪਣੇ ਵੱਧ ਹੱਕ ਖੋਣ ਲਈ ਇਕੱਠੇ ਹੋ ਜੋ ਮਰ ਕੇ ਹਿੰਦੂਆਂ ਨੂੰ ਇੱਕ ਗੱਲ ਕਹਿ ਕੇ ਘੱਟ ਗਿਣਤੀਆਂ ਦੇ ਹੱਕ ਹੋਣਾ ਚਾਹੁੰਦੀ ਹੈ ਤੇ ਹਿੰਦੂਆਂ ਨੂੰ ਵੱਧ ਹੱਕ ਲੈਣ ਵਾਸਤੇ ਇਕੱਠੇ ਹੋਣ ਵਾਸਤੇ ਕਹਤਾ ਮੋਦੀ ਜੀ ਨੇ ਤੇ ਜਦ ਕਿ ਭਾਰਤੀ ਜਿਹੜੇ ਅੰਕੜੇ ਹੈਗੇ ਆ ਜਿਹੜੇ ਭਾਰਤੀ ਡਿਪਾਰਟਮੈਂਟ ਵਿਭਾਗੀ ਅੰਕੜੇ ਹੈਗੇ ਆ ਉਹ ਇਹ ਗੱਲ ਕਹਿੰਦੇ ਆ ਇਹ ਵੀ ਨਾਲ ਸ਼ਿਵੀਆਂ ਨੇ ਖਬਰਾਂ ਕਿ ਘੱਟ ਗਿਣਤੀਆਂ ਨੂੰ ਜਿੰਨੇ ਹੱਕ ਮਿਲਣੇ ਚਾਹੀਦੇ ਆ ਜਿਹੜੇ ਘੱਟ ਗਿਣਤੀਆਂ ਨੂੰ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਨੇ ਘੱਟ ਗਿਣਤੀ ਨੂੰ ਐਜੂਕੇਸ਼ਨ ਵਿੱਚ ਸਬਸਿਡੀ ਆਏਗੀਆਂ ਨੇ ਉਹ ਨਹੀਂ ਮਿਲ ਰਹੀਆਂ ਪਰ ਮੋਦੀ ਜੀ ਕਹਿੰਦੇ ਮਿਲ ਰਹੀਆਂ ਨੇ ਹੁਣ ਉਹ ਇਹ ਗੱਲ ਕਹੇ ਕਿ ਕਾਂਗਰਸ ਨੂੰ ਭਾਂdre ਨੇ ਮੋਦੀ ਜੀ ਕਈ ਤਰ੍ਹਾਂ ਦੇ ਹਥਿਆਰ ਸੁੱਟਦੇ ਆ ਕਾਂਗਰਸ ਨੂੰ ਇੱਕ ਭਾਂdre ਨੇ ਇੰਡੀਆ ਨੂੰ ਇਕੱਠੇ ਜੋੜਨ ਨੂੰ ਕਾਂਗਰਸ ਨੂੰ ਭਾਂdre ਨੇ ਨਾ ਨਿਤੀਸ਼ ਕੁਮਾਰ ਨੂੰ ਕੁਝ ਕਿਹਾ ਉਹਨਾਂ ਨੇ ਤੇ ਇੱਕ ਪਾਸੇ ਉਹ ਹਿੰਦੂਆਂ ਨੂੰ ਇਕੱਠੇ ਹੋਣ ਵਾਸਤੇ ਵੀ ਕਹਿ ਰਹੇ ਆ ਤੇ ਘੱਟ ਗਿਣਤੀਆਂ ਨੂੰ ਉਹ ਸੁੱਟ ਰਿਹਾ ਹੈ ਤਾਂ ਕਿ ਕਾਂਗਰਸ ਸਾ ਤੁਹਾਡੇ ਖਿਲਾਫ ਆ ਭਾਈ ਤੁਸੀਂ ਕਾਂਗਰਸ ਦੇ ਪਲ ਪੱਖ ਕਿਉਂ ਹੋਈ ਜਾਂਦੇ ਇਹ ਗੱਲ ਮੋਦੀ ਜੀ ਨੇ ਕਹਿਣ ਦੀ ਕੋਸ਼ਿਸ਼ ਕੀਤੀ ਜਦੋਂ ਸਭ ਬਾਕੀ ਛੱਤੀਸਗੜ੍ਹ ਦੇ ਵਿੱਚ ਬੋਲਦੇ ਆ ਉਹਨਾਂ ਨੇ ਕਿਹਾ ਕਿ ਰਾਜਸਥਾਨ ਤੇ ਛੱਤੀਸਗੜ੍ਹ ਦੇ ਵਿੱਚ ਅਪਰਾਧ ਦਾ ਗ੍ਰਾਫ ਬਹੁਤ ਉੱਚਾ ਆ ਗਿਆ ਹੂੰ ਹੂੰ ਇੰਨਾ ਉੱਥੇ ਅਪਰਾਧ ਹੋ ਰਿਹਾ ਕਿ ਗੱਲ ਕਹਿੰਦੇ ਛੱਡ ਦੋ ਇੰਨਾ ਜ਼ਿਆਦਾ ਅਪਰਾਧ ਹੈ ਗਿਆ ਕਿ ਉਹ ਸੰਭਾਲ ਨਾ ਔਕਾ ਹੋ ਰਿਹਾ ਪਰ ਮੋਦੀ ਜੀ ਤੋਂ ਜੇ ਸਵਾਲ ਪੁੱਛਿਆ ਜਾਵੇ ਕਿ ਮਨੀਪੁਰ ਚ ਕੀ ਹਾਲ ਹੈ ਤੁਹਾਡਾ ਹਰਿਆਣਾ ਵਿੱਚ ਕੀ ਹਾਲ ਹੈ ਤੁਹਾਡਾ ਉੱਤਰ ਪ੍ਰਦੇਸ਼ ਵਿੱਚ ਤੁਹਾਡਾ ਕੀ ਹਾਲ ਹੈ ਤਾਂ ਮੇਰੇ ਖਿਆਲ ਚ ਮੋਦੀ ਜੀ ਇਹ ਜਵਾਬ ਨਹੀਂ ਦੇ ਦੇਣਗੇ ਕਿ ਉਹਨਾਂ ਵਾਸਤੇ ਜਿਹੜਾ ਹੈਗਾ ਉਹ ਆ ਰਾਜਸਥਾਨ ਤੇ ਛੱਤੀਸਗੜ ਨਜ਼ਰ ਆ ਰਿਹਾ ਕਿਉਂਕਿ ਚੋਣਾ ਉੱਥੇ ਨਹੀਂ ਚੱਲ ਰਿਹਾ ਔਰ ਮਨੀਪੁਰ ਬਾਰੇ ਤੇ ਬਹੁਤ ਵੱਡਾ ਬਹੁਤ ਵੱਡੀ ਖ਼ਬਰ ਨੇ ਹੋਰ ਬਹੁਤ ਲੰਮਾ ਚੋੜਾ ਆਰਟੀਕਲ ਤੇ ਲੇਖ ਲਿਖਿਆ ਆ ਉਹ ਕਿਤੇ ਮੌਕਾ ਲੱਗਾ ਤਾਂ ਆਪਾਂ ਜਰੂਰ ਸਾਂਝੀ ਕਰਾਂਗੇ ਨਰਿੰਦਰ ਮੋਦੀ ਹੁਣਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਰਾਜਸਥਾਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਚੋਣਾਂ ਦਾ ਦੌਰ ਹੈ ਚੋਣਾਂ ਦੇ ਵਿੱਚ ਸਭ ਕੁਝ ਜਾਇਜ਼ ਹੈ ਐਵਰੀਥਿੰਗ ਫੇਅਰ ਦੇ ਲਾ ਬਣਵਾਰ ਇਹ ਹੁਣ ਸਭ ਕੁਝ ਬਿਆਨ ਬਾਜ਼ੀਆਂ ਟਿਕੜਮ ਬਾਜ਼ੀਆਂ ਕਹਿਣਾ ਕੁਝ ਸੁਣਾਉਣਾ ਕੁਝ ਹੋਣਾ ਕੁਝ ਕਰਨਾ ਕੁਝ ਕਹਿਣਾ ਕਿਸੇ ਨੂੰ ਸਮਝਾਉਣਾ ਕਿਸੇ ਨੂੰ ਨਰਿੰਦਰ ਮੋਦੀ ਹੁਣਾਂ ਦਾ ਹੀ ਇੱਕ ਬਿਆਨ ਨੇ ਉਹਨਾਂ ਸਪਸ਼ਟ ਕੀਤਾ ਹੈ ਕਿ ਰਾਜਸਥਾਨ ਵਿੱਚ ਮੋਦੀ ਬਨਾਮ ਅਸ਼ੋਕ ਗਹਿਲੋਤ ਹੀ ਚੋਣਾਂ ਲੜੀਆਂ ਜਾਣਗੀਆਂ ਕੋਈ ਵੀ ਪੁਰਾਣੀ ਸਕੀਮ ਬੰਦ ਨਹੀਂ ਹੋਵੇਗੀ ਕੀ ਹੋ ਰਿਹਾ ਹੈ ਇਹ ਮਤਲਬ ਕਿ ਸਪਸ਼ਟ ਹੋ ਗਿਆ ਚਾਵਲਾ ਸਾਹਿਬ ਅਸਲ ਵਿੱਚ ਨਾ ਗਹਿਲੋਤ ਨੇ ਇਹ ਗੱਲ ਆਖੀ ਸੀਗੀ ਕਿ ਜੇ ਭਾਜਪਾ ਇੱਥੇ ਆ ਗਈ ਨਾ ਰਾਜਸਥਾਨ ਦੇ ਵਿੱਚ ਜਿਹੜੀਆਂ ਸਾਡੀਆਂ ਸਕੀਮਾਂ ਚੱਲ ਰਹੀਆਂ ਨੇ ਹੂੰ ਹੂੰ ਜਿਵੇਂ ਕਿ 500 ਰੁਪਏ ਦਾ ਗੈਸ ਸਿਲੰਡਰ ਹੈ ਜੀ ਪੈਨਸ਼ਨਾਂ ਵਗੈਰਾ ਨੇ ਹੋਰ ਕਈ ਸਹੂਲਤਾਂ ਆ ਭਾਰਤ ਨਾਲੋਂ ਵੱਖਰੀਆਂ ਨੇ ਰਾਜਸਥਾਨ ਦੇ ਵਿੱਚ ਐਸੋ ਗਹਿਲੋਤ ਨੇ ਲੋਕਾਂ ਦੇ ਪੱਖ ਵਿੱਚ ਬੜੇ ਫੈਸਲੇ ਕੀਤੇ ਹੋਏ ਆ ਜਿਹੜੇ ਲੋਕ ਉਹਨੂੰ ਚੰਗਾ ਵੀ ਸਮਝਦੇ ਆ ਤੇ ਹੁਣ ਇਹ ਗੱਲ ਅਸ਼ੋਕ ਨੇ ਆਖੀ ਗਹਿਲੋਤ ਨੇ ਤਾਂ ਨਰਿੰਦਰ ਮੋਦੀ ਉਸ ਸੰਦਰਭ ਵਿੱਚ ਮੰਨ ਗਏ ਆ ਇਹ ਗੱਲ ਕਹਿੰਦੇ ਆ ਕਿ ਇੱਕ ਤਾਂ ਪਹਿਲੀਆਂ ਸਕੀਮਾਂ ਜੋ ਚੱਲ ਰਹੀਆਂ ਨੇ ਤੁਹਾਡੀਆਂ ਉਹ ਬੰਦ ਨਹੀਂ ਕਰਾਂਗੇ ਸੀ ਹੂੰ ਸਗੋਂ ਉਹਨੂੰ ਚੱਕੀਆਂ ਕਰਕੇ ਚਲਾਵਾਂਗੇ ਮੋਦੀ ਜੀ ਗਹਿਲੋਤ ਦੀਆਂ ਸਕੀਮਾਂ ਤੇ ਮੋਹਰ ਲਾ ਦਿੱਤੀ ਉਹਨਾਂ ਇਹ ਗੱਲ ਕਹਿ ਕੇ ਦੂਜੀ ਗੱਲ ਇਹ ਕਹਿਤੀ ਉਹਨਾਂ ਨੇ ਕੱਲ ਕੇ ਅ ਰਾਜਸਥਾਨ ਦੇ ਵਿੱਚ ਅਸੀਂ ਜੋ ਚੋਣਾਂ ਲੜਨ ਜਾ ਰਹੇ ਹਾਂ ਉਹ ਸਾਡਾ ਅਸ਼ੋਕ ਗਹਿਲੋਤ ਨਾਲ ਹੀ ਟੱਕਰ ਸਿੱਧੀ ਹੈਗੀ ਆ ਬਾਕੀ ਨੂੰ ਕਿਸੇ ਨਾਲ ਦੀ ਮਤਲਬ ਕਿ ਮੋਦੀ ਜੀ ਇਹ ਗੱਲ ਸਪਸ਼ਟ ਕਰ ਗਏ ਕਿ ਅਸ਼ੋਕ ਉਥੇ ਕਾਂਗਰਸ ਹੀ ਵੱਡੀ ਪਾਰਟੀ ਹੈ ਹੋਰ ਪਾਰਟੀ ਕੋਈ ਬੀਜੇਪੀ ਨਾਲ ਲੜਨ ਵਾਲੀ ਬਰਾਬਰ ਦੀ ਨਹੀਂ ਹੈਗੀ ਅਗਲੀ ਗੱਲ ਇਹ ਚਾਵਲਾ ਸਭ ਸਪਸ਼ਟ ਕਰਤਾ ਉਹਨਾਂ ਨੇ ਕਿ ਰਾਜਸਥਾਨ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਆਲੰਦ ਨਹੀਂ ਜਾਵੇਗਾ ਉਥੇ ਸਿਰਫ ਤੇ ਸਿਰ ਮੋਦੀ ਜੀ ਹੀ ਭਾਸ਼ਣ ਦੇਣਗੇ ਮੋਦੀ ਜੀ ਬਨਾਮ ਅਸ਼ੋਕ ਗਹਿਲੋਤ ਹੀ ਚੋਣ ਲੜੇ ਜਾਣਗੀਆਂ ਅਸਲ ਵਿੱਚ ਪੰਜ ਸੂਬੇ ਨੇ ਚਾਵਲਾ ਸਬਜੀ ਨਾਲ ਵੀ ਚੋਣਾ ਹੁਣ ਹੋਣ ਜਾ ਰਹੀਆਂ ਨੇ ਇਹਨਾਂ ਪੰਜ ਸੂਬਿਆਂ ਦੇ ਵਿੱਚ ਉਹ ਆਪਣੀ 24 ਤਲਾਸ਼ ਰਏ ਨੇ ਬੀਜੇਪੀ ਵਾਲੇ ਜੀ ਕਿ ਪੰਜ ਸੂਬਿਆਂ ਨੂੰ ਕਿਸੇ ਤਰੀਕੇ ਨਾਲ ਜਿੱਤੀਏ ਆਪਾਂ ਤੇ 24 ਇਹਨਾਂ ਪੰਜ ਸੂਬਿਆਂ ਨੂੰ ਜਿੱਤ ਕੇ ਆਪਾਂ 24 ਦੇ ਵਿੱਚ ਆਪਾਂ ਬੜਾ ਵੱਡਾ ਕੰਮ ਕਰ ਸਕਦੇ ਹਾਂ ਲੋਕਾਂ ਵਿੱਚ ਪ੍ਰਭਾਵ ਛੱਡ ਸਕਦੇ ਹਾਂ ਇਸੇ ਕਰਕੇ ਜੀ ਮੋਦੀ ਦਾ ਦਾਦਾ ਮੋਦੀ ਨੂੰ ਦਾਤੇ ਲਾਣਾ ਚਾਹਬਾ ਅੱਛਾ ਗੱਲ ਇਹ ਹੈ ਕਿ ਦਾ ਸਾਹਿਬ ਕੀ 1997 ਤੋਂ ਪ੍ਰੋਗਰਾਮ ਦੇ ਵਿੱਚ ਇਹੋ ਜੀ ਕਵਰੇਜ ਕਰਦੇ ਆ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਜਿਵੇਂ ਨੀ ਚੋਣਾ ਵੀ ਲੋਕ ਸਭਾਦੀਆਂ ਵਿਧਾਨ ਸਭਾਦੀਆਂ ਇੱਥੋਂ ਦੀਆਂ ਉੱਥੋਂ ਦੀਆਂ ਪਰ ਇਹ ਆ ਇੱਕ ਦੋ ਟਰਮ ਸੀ ਹੋ ਗਏ ਨੇ ਮਾਫ ਕਰਨਾ ਜਦੋਂ ਇਹ ਵੇਖਣ ਨੂੰ ਮਿਲ ਰਿਹਾ ਕਿ ਪ੍ਰਧਾਨ ਮੰਤਰੀ ਆਪਣੀ ਕੁਰਸੀ ਪ੍ਰਧਾਨ ਮੰਤਰੀ ਦੇ ਪਦ ਦੇ ਹੋ ਕੇ ਸੂਬੇ ਦੀਆਂ ਚੋਣਾਂ ਦੇ ਵਿੱਚ ਚਾਹੇ ਗੁਜਰਾਤ ਹੋਵੇ ਜਾਹੂ ਬੰਗਾਲ ਹੋਵੇ ਚਾਹੇ ਉਹ ਕੁਛ ਵੀ ਸੁਬਾ ਹੋਵੇ ਉੱਥੇ ਜਾ ਕੇ ਮਤਲਬ ਮਹੀਨਿਆਂ ਬਦੀ ਪ੍ਰਚਾਰ ਕਰਦੇ ਹਫਤਿਆਂ ਬਦੀ ਪ੍ਰਚਾਰ ਕਰਦੇ ਪਰ ਪ੍ਰਧਾਨ ਮੰਤਰੀ ਦਾ ਚਾਵਲਾ ਸਾਹਿਬ ਕਰ ਹੀ ਰਹੇ ਉਹ ਤਾਂ ਉਹ ਤਾਂ ਖਤਮ ਹੋ ਹੀ ਗਿਆ ਸਾਰਾ ਕੁਝ ਹੀ ਭਾਰਤ ਵਿੱਚ ਪੀਐਮ ਦਾ ਜੋ ਗਰੀਮਾ ਸੀ ਜੋ ਸਤਕਾਰ ਸੀ ਉਹਦਾ ਖਤਮ ਕਰਤਾ ਮੋਦੀ ਜੀ ਨੇ ਇਹ ਤਾਂ ਬਹੁਤ ਪਹਿਨਾ ਹੋ ਚੁੱਕਿਆ ਖਤਮ ਕਰਨ ਲੱਗੇ ਹੋਏ ਨੇ ਰਾਸ਼ਟਰਪਤੀ ਦਾ ਵੀ ਜਿਹੜਾ ਸਤਕਾਰ ਹੈਗਾ ਪਰ ਅਫਸੋਸ ਹੈ ਗੀਤ ਤਾੜ ਅਫਸੋਸ ਇਹ ਹੁੰਦਾ ਕਿ ਜਦੋਂ ਇੱਕ ਗਰਮਾ ਪ੍ਰਧਾਨ ਮੰਤਰੀ ਦੇ ਪਦ ਦੀ ਅਹਿਮਤ ਹੈ ਉਹਦਾ ਦੀ ਇੱਕ ਪੋਜੀਸ਼ਨ ਹੈ ਤੁਸੀਂ ਜਿਹੜੀ ਰਾਸ਼ਟਰਪਤੀ ਦੀ ਗੱਲ ਕੀਤੀ ਹੈ ਚਲੋ ਉਹਦੇ ਬਾਰੇ ਫੇਰ ਕਰਦੇ ਹਾਂ ਗੱਲ ਕਿ ਸੂਬੇ ਦੇ ਵਿੱਚ ਜਾ ਕੇ ਇਸ ਤਰੀਕੀ ਦੇ ਨਾਲ ਪ੍ਰਚਾਰ ਕਰਨਾ ਆਪਣੀ ਪਾਰਟੀ ਵਾਸਤੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਹੋ ਤਹਾਡੇ ਵਾਸਤੇ ਸਾਰੇ ਹੀ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਭਲੇ ਵਾਸਤੇ ਸੋਚਣਾ ਪ੍ਰਧਾਨ ਮੰਤਰੀ ਦਾ ਇਹ ਕੰਮ ਹੈ ਪਰ ਪਤਾ ਨਹੀਂ ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹ ਕਿਉਂ ਵੇਖ ਰਹੇ ਹਾਂ ਕਿ ਮਤਲਬ ਉਥੇ ਇੱਕ ਮਤਲਬ ਸਵਾਲ ਬਣ ਜਾਂਦਾ ਜਿਥੇ ਇਹਨਾਂ ਨੇ ਖੁਦ ਘਰਤਾ ਕਿ ਰਾਜਸਥਾਨ ਵਿੱਚ ਹੁਣ ਪ੍ਰਧਾਨ ਮੰਤਰੀ ਕੀ ਬਨਾਮ ਅਸ਼ੋਕ ਗਹਿਲੋਤ ਮੁੱਖ ਮੰਤਰੀ ਦੇ ਚੋਣਾਂ ਲੜ ਰਹੇ ਨੇ ਜੇ ਰਾਜਨੀਤੀ ਨੂੰ ਸਮਝਣ ਵਾਲੇ ਸਮਝਣਗੇ ਸਵਾਲ ਤਾਂ ਇਹੀ ਪੈਦਾ ਹੁੰਦਾ ਨਾ ਜੀ ਤੁਸੀਂ ਗੱਲ ਸਹੀ ਫੜੀ ਆ ਜਿਵੇਂ ਕਹਿੰਦੇ ਉਹ ਸਹੀ ਪਕੜੇ ਹੈ ਸਹੀ ਗੱਲ ਫੜੀ ਆ ਤੁਸੀਂ ਤੇ ਇਹੀ ਇਹੀ ਗੱਲ ਅਸਲ 'ਚ 36 ਗੜ ਵੀ ਹਾਲ ਇਹੀ ਆ ਜੀ ਰਾਜਸਥਾਨ ਦੀ ਗੱਲ ਇਹੀ ਆ ਮਧ ਪ੍ਰਦੇਸ਼ 'ਚ ਵੀ ਗੱਲ ਹਾਲ ਇਹੀ ਤਵਲਾ ਸਭ ਤੁਸੀਂ ਹੈਰਾਨ ਨਹੀਂ ਹੋਵੋਗੇ ਕਿ ਢੇਲੀ ਮੋਦੀ ਜੀ ਨੇ ਲਿਆਂ ਸੋਧਨ ਕਰ ਰਹੇ ਨੇ ਇਹਨਾਂ ਸੂਬਿਆਂ ਦੇ ਵਿੱਚ ਢੇਲੀ ਰੋਜ਼ਾਨਾ ਬਾਕੀ ਸਭ ਕੰਮ ਛੱਡਦੇ ਮੋਦੀ ਜੀ ਨੇ ਬਾਕੀ ਇਹ ਤਿੰਨ ਸੂਬਿਆਂ ਨੂੰ ਉਹਨੇ ਮੈਂ ਜਦ ਤੱਕ ਮੇਜੁਰਮ ਵੀ ਚੋਣਾ ਹੋਣਗੀਆਂ ਉੱਥੇ ਨਹੀਂ ਜਾ ਰਹੇ ਬੋਤਾ ਕੋਟ ਆਏਗਾ ਤੈਨੂੰ ਸੂਬੇ ਭੱਡੇ ਨੇ ਰਾਜਨੀਤੀ ਦੇ ਵਿੱਚ ਇਹ ਲੀਡਰ ਲੋਕ ਬੁੱਥੇਰਾ ਟੌਪ ਟੌਪ ਹੁੰਦੇ ਨੇ ਹਰ ਇੱਕ ਮਤਲਬ ਜਿਹੜਾ ਬਾ ਉਹ ਕੋਈ ਵੀ ਕਿਸੇ ਤਰੀਕੇ ਦੇ ਨਾਲ ਵੀ ਆਪਣੀ ਚਾਹੇ ਕੋਈ ਵੀ ਹੋਵੇ ਇੱਕ ਵੀ ਵੋਟ ਨਹੀਂ ਜਾਇਆ ਜਾਣੀ ਜਾਣ ਦਿੰਦੇ ਚਾਣੇ ਜਿਵੇਂ ਹੁਣ ਤੁਸੀਂ ਦੇਖੋ ਕੱਲ ਵੀ ਮੈਂ ਗੱਲ ਕੀਤੀ ਸੀ ਕਿ ਰਾਹੁਲ ਗਾਂਧੀ ਜਿਵੇਂ ਆਪਣੇ ਸਾਥੀਆਂ ਦੇ ਨਾਲ ਘੰਟਾ ਘਰ ਵਾਲੇ ਚੌਂਕ ਤੋਂ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਆਉਂਦੇ ਨੇ ਮੱਥਾ ਟੇਕਣ ਅੰਦਰ ਆਉਂਦੇ ਨੇ ਕੋਈ ਤੁਸੀਂ ਇੱਕ ਉੱਥੇ ਸ਼ਰਧਾਲੂ ਉਹਨਾਂ ਦੇ ਉਸ ਉੱਤਰ ਦੇ ਜਦੋਂ ਪੌੜੀਆਂ ਦਰਬਾਰ ਸਾਹਿਬ ਦੀਆਂ ਉਹਦੇ ਵਿੱਚ ਇਹਨਾਂ ਦੇ ਆਲੇ-ਦੁਆਲੇ ਇਹਨਾਂ ਦੇ ਹੀ ਬੰਦੇ ਨੇ ਸਾਰੇ ਇਹਨਾਂ ਦੀ ਸਿਕਿਉਰਿਟੀ ਇੰਨੀ ਟਾਈਟ ਹੁੰਦੀ ਹੈ ਉਸ ਵਕਤ ਆਮ ਜਨਤਾ ਨੂੰ ਆਮ ਸ਼ਰਧਾਲੂਆਂ ਨੂੰ ਕਿੰਨਾ ਖੱਜਲਖوار ਹੋਣਾ ਪਿਆ ਉਹ ਘੰਟਿਆਂ ਬੱਧੀ ਜਨਾਬ ਉੱਥੇ ਰਹੇ ਨੇ ਹੂੰ ਵੀ ਵੀ ਆਈ ਪੀ ਇਹਨਾਂ ਨੇ ਦਰਸ਼ਨ ਕੀਤੇ ਨੇ ਫਿਰ ਇਹਨਾਂ ਨੇ ਪਾਲਕੀ ਸਾਹਿਬ ਨੂੰ ਮੋਢਾ ਦਿੱਤਾ ਉੱਥੇ ਪੂਰੀ ਇਹਨਾਂ ਦੀ ਜਿਹੜੀ ਸ਼ੂਟਿੰਗ ਹੋਈ ਹੈ ਪੂਰੀ ਪਲੈਨਿੰਗ ਸਕ੍ਰਿਪਟ ਜਿਹੜੀ ਹੈ ਉਹ ਉੱਥੇ ਕੰਮ ਹੋਇਆ ਜਦੋਂ ਇਹ ਮੱਥਾ ਟੇਕਣ ਗਏ ਉਦੋਂ ਵੀ ਲੋਕਾਂ ਨੂੰ ਖੱਜਲਖواری ਗੁਰੂ ਘਰ ਦੇ ਵਿੱਚ ਤਾਂ ਵੈਸੇ ਵੀ ਆਈਪੀ ਦਾ ਕਲਚਰ ਹੈ ਹੀ ਨਹੀਂ ਪਰ ਸਾਡੇ ਜਾਨੇ ਚਲਾ ਦਿੱਤਾ ਉਹ ਖੁਦ ਵੀ ਉਹ ਕਹਿ ਨਹੀਂ ਸਕਦੇ ਉਹ ਤੇ ਉਹ ਤੇ ਆਪ ਉਸ ਲਕੀਰ ਦੇ ਫਕੀਰ ਨੇ ਨਾ ਦੂਜੇ ਦਿਨ ਵੀ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਹੁਣ ਸੇਵਾ ਕੀਤੀ ਹੈ ਰਾਤ ਨੂੰ ਪਾਲਕੀ ਸਾਹਿਬ ਦੀ ਸੇਵਾ ਕੀਤੀ ਹੈ ਸ਼ਬੀਲ ਵਿੱਚ ਬਰਤਨ ਵੀ ਜਨਾਬ ਨੇ ਧੋਤੇ ਨੇ ਔਰ ਇੱਕ ਅਖਬਾਰ ਇਹ ਲਿਖਦਾ ਕਿ ਜਿਹੜਾ ਅਕਾਲੀ ਤਨਖਾਹ ਲੱਗਣ ਤੋਂ ਬਾਅਦ ਸੇਵਾ ਕਰਦੇ ਨੇ ਉਹ ਰਾਹੁਲ ਵੈਹੀ ਕਰ ਗਿਆ ਦੇਖ ਲਓ ਬਾਕੀ ਸੰਗਤਾਂ ਨੂੰ ਤਾਂ ਮਿੱਟੀ ਚ ਰਲਾ ਕੇ ਰੱਖ ਦਿੱਤਾ ਜਿਹੜੇ ਦਰਬਾਰ ਸਾਹਿਬ ਆ ਕੇ ਸੇਵਾ ਕਰਦੇ ਨੇ ਰਾਹੁਲ ਇਹ ਰਹਿ ਗਿਆ ਕਲਾ ਸੇਵਾ ਕਰਨ ਵਾਲਾ ਵੀ ਜਿਹੜੀ ਅਕਾਲੀ ਉਹਨੇ ਲਿਖਿਆ ਅਕਾਲੀ ਜਿੱਦੋਂ ਤਰਖਾ ਲੱਗਦੀ ਹੈ ਉਦੋਂ ਸੇਵਾ ਕਰਦੇ ਆ ਮਾਲੋ ਯਾਰ ਹੱਦ ਹੁੰਦੀ ਆ ਚਮਚਾਗਰੀ ਦੀ ਵੀ ਪੱਤਰਕਾਰੀ ਦੇ ਤਾਂ ਤੱਪੜ ਪਾਰ ਕੇ ਰੱਖ ਦਿੱਤੇ ਆ ਇਹਨਾਂ ਡੱਬੂ ਮੀਡੀਏ ਨੇ ਦਰਬਾਰ ਸਾਹਿਬ ਦੀ ਰੇਲਿੰਗ ਸਾਫ਼ ਕੀਤੀ ਹੈ ਤੇ ਮੈਂ ਜਦੋਂ ਖਬਰ ਪੜ੍ਹ ਰਿਹਾ ਇਸ ਮੈਂ ਸੋਚਦਾ ਹੋਣਾ ਕਿ ਇਸ ਰੇਲਿੰਗ ਤੇ ਇਨੋਸੈਂਟ ਸਿੱਖਾਂ ਦੇ ਖੂਨ ਦੇ ਵੀ ਧੱਬੇ ਲੱਗੇ ਧੋ ਰਿਹਾ ਕਿਤੇ ਅੰਦਰੋਂ ਅੰਦਰੀ ਤੋ ਹੋ ਰਿਹਾ ਕਿ ਤੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਜਾ ਇਥੋਂ ਸਹੀ ਵੀ ਕਹਿਣ ਜੋਗੀ ਹੋਈ ਏ ਕਿ ਪਈ ਇਹਦਾ ਕੀ ਕਸੂਰ ਸੀ ਨਾ 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 ਉਧਰ ਥੋੜੀ ਹੋਣਾ ਰੇਲਿੰਗ ਸਾਫ ਕੀਤੀ ਐ ਚੰਦੂਆ ਸਾਹਿਬ ਚੜਾਇਆ ਅਰਦਾਸ ਕੀਤੀ ਐ ਔਰ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਰਾਜਨੀਤੀ ਐ ਰੋਕਤਾ ਹੋ ਸਕਦੇ ਨਹੀਂ ਸੇਵਾ ਕਰਨ ਤੋਂ ਕੀ ਕਹਿਣਾ ਚਾਹੋ ਵਿਵਹਾਰ ਸਿਰ ਪਰ ਵੀ ਕਾਫੀ ਲੋਹਾ ਲਖਾ ਆਈ ਫਿਰ ਦੀ ਨੀ ਚਲੋ ਸਭ ਜਿਹੜਾ ਕਿ ਗਰੇਵਾਲ ਸਾਹਿਬ ਚ ਬੋਲ ਰਹੇ ਨੇ ਕਾਫੀ ਜਿਹੜਾ ਕਿ ਸੈਕਟਰੀ ਸਾਹਿਬ ਨੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਚੜ ਕੇ ਆਏਗਾ ਤਾਂ ਤੇਗ ਹੈ ਨਿਮਕੇ ਆਏਗਾ ਤਾਂ ਦੇਗ ਹੈ ਆਹ ਕਹਿੰਦਾ ਉਹ ਕਹਿੰਦਾ ਵੀ ਉਹ ਕਹਿੰਦਾ ਨਿਮਕੇ ਆਏ ਨੇ ਇਸ ਕਰਕੇ ਉਹਨਾਂ ਨੇ ਦੇਖ ਦਿੱਤੀ ਅਸੀਂ ਤੇ ਚੜ ਕੇ ਆਣ ਵਾਲਾਸ ਸਾਡੀ ਤੇਗ ਲੈ ਕੇ ਖੜੇ ਹੋਣੇ ਅਸੀਂ ਤੇ ਇਹ ਸ਼ਬਦ ਬੋਲਦੋਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਇੱਥੇ ਸੇਵਾ ਕਰ ਰਹੇ ਨੇ ਇਹਦੇ ਵਿੱਚ ਠੀਕ ਆ ਕਹਿੰਦੇ ਸਾਨੂੰ ਕੋਈ ਇੰਤਰਾਜ ਨਹੀਂ ਸੇਵਾ ਕੋਈ ਵੀ ਕਰ ਸਕਦਾ ਇੱਥੇ ਆ ਕੇ ਤੇ ਸਭ ਵਾਸੇ ਦਰ ਖੁੱਲਾ ਹੈਗਾ ਅ ਪਰ ਉਹ ਬੋਲ ਨਹੀਂ ਰਹੇ ਕੁਝ ਉਹ ਚੁੱਪ ਹੈਗੇ ਨੇ ਜੇਕਰ ਉਹ ਕੁਝ ਬੋਲ ਨਹੀਂ ਰਹੇ ਇਹਦਾ ਮਤਲਬ ਉਹ ਰਾਜਨੀਤੀ ਕਰ ਰਹੇ ਨੇ ਜਦੋਂ ਕੁਝ ਬੋਲਣਾ ਬਾਕੀ ਜੇ ਬੋਲਣਗੇ ਤਾਂ ਰਾਜਨੀਤੀ ਨਹੀਂ ਚੱਬਲਾ ਸਭ ਹੈਗੀ ਹੁਣ ਚੁੱਪਤਾ ਵੀ ਰਾਜਨੀਤੀ ਆ ਜੇ ਹੁਣ ਚੁੱਪ ਨੇ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਨਾ ਚਾਹੁੰਦਾ ਸਭ ਕਿ ਅ ਜਲਿਆਂਵਾਲੇ ਬਾਗ ਦੀ ਗੱਲ ਕਰ ਲਈਏ ਆਪਾਂ ਜਲਿਆਂਵਾਲੇ ਬਾਗ ਦਾ ਪਛੋਕੜ ਦੇਖੀਏ ਵੀ ਉਹਦੇ ਪਿੱਛੇ ਕੌਣ ਸੀਗੇ ਜਰਨਲ ਡਾਇਰ ਕਿੱਥੇ ਖਾਣਾ ਖਾਦਾ ਕੀ ਕਾਰਨ ਕੀਤਾ ਉਹ ਕੋਈ ਆਮ ਘਟਨਾ ਨਹੀਂ ਸੀਗੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਆਮ ਮਾਫ ਕਰਤਾ ਉਹਨਾਂ ਨੂੰ ਪਰ ਉਹਨਾਂ ਦੀ ਗੱਲ ਨਹੀਂ ਕਰਦੇ ਆਪਾਂ ਕਿਉਂਕਿ ਉਹ ਰਾਜ ਅੱਜ ਰਾਜ ਕਰਦੇ ਆ ਪੰਜਾਬ ਦੇ ਵਿੱਚ ਵੱਡੇ ਨੇ ਜੀ ਉਹ ਤੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਿੱਖਾਂ ਦੇ ਵੀ ਵੱਡੇ ਨੇ ਜੀ ਉਹ ਤੇ ਪਰ ਇਹ ਜਿਹੜਾ ਮੁੰਡਾ ਫਿਰਦਾ ਹੈ ਨਾ ਰਾਹੁਲ ਗਾਂਧੀ ਇਹ ਇਹਦੀਆਂ ਬੜੀਆਂ ਆਲੋਚਨਾਵਾਂ ਹੋ ਰਹੀਆਂ ਨੇ ਕਿਦਾ ਸਾਬ ਮੈਂ ਆ ਰਿਕਮੈਂਡ ਨਹੀਂ ਕਰਨਾ ਚਾਹੁੰਦਾ ਅੱਜ ਗੱਲ ਪੱਟੀ ਸਾਹਿਬ ਨਾਲ ਇਸ ਵਿਸ਼ੇ ਤੇ ਤੇ 2:3 ਵਜੇ ਕੇ ਸੀ ਮੁੜ ਕੇ ਵੀ ਜਵਾਬ ਦਿੰਦੇ ਆ ਅਸੀਂ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਨਤਮਸਤ ਕਰਦੇ ਆ ਸਲਾਮ ਕਰਦੇ ਆ ਬਹੁਤ ਕਨੌਣਾ ਕਾਣ ਸੀ ਅੰਗਰੇਜ਼ਾਂ ਦਾ ਪਰ ਦਰਬਾਰ ਸਾਹਿਬ ਦੇ ਅਟੈਕ ਦੇ ਨਾਲ ਜਲਿਆਂਵਾਲੇ ਬਾਗ ਦੀ ਤੁਲਨਾ ਕਰਨਾ ਕਿੰਨੀ ਕਿ ਜਾਏ ਜੇ ਧਾਰਮਿਕ ਸਥਾਨ ਹੈ ਸਾਡਾ ਦਰਬਾਰ ਸਾਹਿਬ ਤੇ ਅਟੈਕ ਦੀ ਤੁਲਨਾ ਜਲਿਆਂਵਾਲੇ ਬਾਗ ਦੇ ਨਾਲ ਨਹੀਂ ਹੋ ਸਕਦੀ ਇਹ ਇਹ ਕੋਈ ਗੱਲ ਨਹੀਂ ਇਹਦੇ ਵਿੱਚ ਮੈਂ ਵੀ ਮੈਂ ਵੀ ਉਸ ਬੈ ਸਾਡਾ ਧਾਰਮਿਕ ਸਾਡਾ ਮੱਕਾ ਸਾਡਾ ਆਕੀਦਾ ਸੀ ਕਿੱਥੇ ਅਜੇ ਵੀ ਗੋਲੀਆਂ ਦੇ ਨਿਸ਼ਾਨ ਹੈਗੇ ਆ ਕਿਤੇ ਰਾਹੁਲ ਗਾਂਧੀ ਉਹ ਵੀ ਦੇਖ ਲੈ ਹੈਗੇ ਨਹੀਂ ਉੱਥੇ ਪਰ ਸਾਡੇ ਆਣੇ ਤੇ ਮਿਟਾ ਦਿੱਤੇ ਸਾਰੇ ਨਹੀਂ ਮਟਾਅਤ ਤੇ ਚਾਹਵਾ ਸਭ ਬਹੁਤ ਨਹੀਂ ਹੈਗੇ ਆ ਇਹਨਾਂ ਨੂੰ ਤਾਂ ਆਪ ਖਤਮ ਕੀਤੇ ਨੇ ਜੀ ਉਹ ਜਦ ਕੇ ਜਨਮ ਸਾਹਿਬ ਜਦੋਂ ਖਤਮ ਕੀਤੇ ਸੀ ਜਹਦਾਰ ਟੌੜਾ ਸਾਹਿਬ ਨਾਲ ਇਸੇ ਪ੍ਰੋਗਰਾਮ ਦੇ ਵਿੱਚ ਰੰਗਲਾ ਪੰਜਾਬ ਦੇ ਵਿੱਚ ਮੈਂ ਸਵਾਲ ਕੀਤੇ ਸੀਗੇ ਕੁਝ ਤੇ ਰੱਖ ਲੋ ਕਾਮਤੇ ਹੋਏ ਅਤਿਆਚਾਰ ਦੀ ਕੋਈ ਨਿਸ਼ਾਨੀ ਤੇ ਰੱਖ ਲੋ ਤੁਸੀਂ ਤੇ ਜਵਾਬ ਨਹੀਂ ਸੀ ਆਇਆ ਉਹਨਾਂ ਨੂੰ ਬੜਾ ਕੁਝ ਪਿਆਦੇ ਵਿੱਚ ਬਹੁਤ ਕੁਝ ਪਿਆਦੇ ਵਿੱਚ ਜਵਲਾ ਸਾਹਿਬ ਇਹ ਲੋਕ ਜਿਹੜੇ ਸਾਡੇ ਨਾਲ ਲੀਡਰ ਬਣੇ ਫਿਰਦੇ ਆ ਇਹਨਾਂ ਦੇ ਹੱਥ ਵੀ ਕੋਣ ਨਾਲ ਲੰਬੇ ਹੋਇਆ ਸਿੱਖਾਂ ਦੇ ਲਿਬੜਾ ਲਿਬੜੇ ਹੋਇਆ ਜਵਲਾ ਸਾਹਿਬ ਜੀ 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 ਆਪਾਂ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਹੁਣ ਜਿਹੜੇ ਬੰਦੇ ਭਾਜਪਾ ਦੇ ਨਾਲ ਦੋਸਤੀਆਂ ਪਾਉਂਦੇ ਫਿਰਦੇ ਨੇ ਤੁਸੀਂ ਇਹਨਾਂ ਨੂੰ ਮਾਫ ਕਰ ਦੋਗੇ ਇਹਨਾਂ ਨੂੰ ਕਿਵੇਂ ਸਿੱਖੋਂ ਮਾਫ਼ ਸਿੱਖ ਮਾਫ਼ਤਾ ਵੇਖੋ ਮਾਫ਼ਤਾ ਕੀਤਾ ਹੀ ਨਹੀਂ ਜਾ ਸਕਦਾ ਜੀ ਚਾਹੇ ਕੋਈ ਵੀ ਹੈ ਜਿਹਨੇ ਘਟਨਾ ਚਾਹੇ ਹੋ ਜਲਿਆਂਵਾਲੇ ਬਾਗ ਦੇ ਨਾਲ ਜਿਨ੍ਹਾਂ ਦੇ ਪਰਿਵਾਰਾਂ ਨੇ ਆਪਣੇ ਕਾਫੇ ਲੈ ਲਏ ਤੇ ਚਾਹੇ ਅੱਜ ਉਹ ਮਾਫ਼ ਕਰਨਾ ਜੇ ਕਿ ਸਿੱਦਾ ਬੱਚਾ ਬੱਚੀ ਕਾਂਗਰਸ ਦੇ ਵੇਲੇ ਉਸ ਉਸ ਹੁਕਮ ਦੇ ਵੇਲੇ ਮਰਿਆ ਅੱਜ ਉਹ ਉਹ ਜਿਹੜੇ ਇਹਨਾਂ ਦੇ ਆਲੇ ਦੁਆਲੇ ਵੀ ਸਿੱਖ ਪੱਗਾਂ ਫਸਾ ਕੇ ਤਰੇ ਫਿਰਦੇ ਸਿਰਾਂ ਦੇ ਵਿੱਚ ਜਿਹੜੇ ਹਾਸਾ ਸਕੇ ਤੇ ਐ ਐ ਕਰਦੇ ਨੇ ਅੱਜ ਉਹ ਉਹ ਜਿਹੜੇ ਪਰਿਵਾਰ ਨੇ ਉਹਨਾਂ ਦੇ ਜ਼ਖਮਾਂ ਤੇ ਲੂਣ ਪਾ ਰਹੇ ਨੇ ਲੋਕ ਬਹੁਤ ਕੁਛ ਆ ਚਾਲਾ ਬਹੁਤ ਲੂਣ ਪਾ ਰਹੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦਿਲੋਂ ਉਹਨਾਂ ਨਾਲ ਹਮਦਰਦੀ ਆ ਜਿਨ੍ਹਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਵਿੰਨੇ ਗਏ ਨੇ ਮਾਰੇ ਗਏ ਨੇ ਹਾਂਜੀ ਘਰਾਂ ਦੇ ਵਿੱਚ ਅਜੇ ਕਾਹ ਪੂਸਾ ਉਹਨਾਂ ਉਹਨਾਂ ਦੇ ਜ਼ਖਮਾਂ ਤੇ ਲੂਣ ਪਾ ਰਹੇ ਨੇ ਖੈਰ ਨਹੀਂ ਆਪਾਂ ਅੱਗੇ ਵਧਦੇ ਆ 905813132 ਇਸ ਰਿਕਵਰੀ ਬੜੀ ਵੱਡੀ ਖਬਰ ਹੈ ਪੱਤਰਕਾਰਾਂ ਦੇ ਉੱਤੇ ਵੀ ਵੈਬਸਾਈਟ ਨਿਊਜ਼ ਕਲਿੱਕ ਬਾਰੇ ਜਿਹੜੀ ਖਬਰ ਹੈ ਅੱਜ ਸਾਰਾ ਦਿਨ ਛਾਪੇਮਾਰੀ ਹੁੰਦੀ ਰਹੀ ਇਹ ਵੀ ਬੜੀ ਵੱਡੀ ਖਬਰ ਸੀ ਬਖਸਨ ਸੁਨਾਈ ਵੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਵੇਰ ਤੱਕ ਤਾਂ ਜੀ ਗੱਲ ਬਹੁਤ ਜਾਰੇ ਬਣ ਮੈਂ ਖਬਰਾਂ ਆ ਕੇ ਪੜੀਆਂ ਮੈਂ ਸਟੂਡੀਓ ਵਿੱਚ ਆ ਕੇ ਦੁਬਾਰਾ ਪੜੀਆਂ ਨੇ ਜੀ 100 ਥਾਮਾ ਤੇ ਛਾਪੇਮਾਰੀ 100 ਥਾਮਾ ਤੇ ਛਾਪੇਮਾਰੀ ਕੀਤੀ ਆ ਤੇ ਜਿਹੜਾ ਉਹਨਾਂ ਦਾ ਸੰਸਥਾਪਕ ਹੈਗਾ ਪ੍ਰਕਾਸ਼ ਜਿਹੜਾ ਹੈਗਾ ਉਸ ਨੂੰ ਅਰੈਸਟ ਕਰ ਲਿਆ ਗਿਆ ਤੇ ਤੁਸੀਂ ਹੈਰਾਨ ਨਹੀਂ ਹੋਮੋਗੇ ਕਿ ਜਿੰਨੇ ਪੱਤਰਕਾਰ ਸੀ ਉਹਨਾਂ ਦੇ ਜੁੜੇ ਹੋਏ 30 ਦਾ ਚਿਤਰਬਾੜ ਮੁੰਬਈ ਦੇ ਵਿੱਚ ਇਹ ਬਖਸ਼ੀ ਹੋ ਪ੍ਰਵੀਰ ਪ੍ਰਕਾਸ਼ਤ ਸੰਜੇ ਰਾਜੌੜਾ ਉਰਮਿਲੇਸ਼ ਭਾਸ਼ਾ ਸਿੰਘ ਪੰਜਾਇ ਗੁਹਾ ਠਾਕੁਰਤਾ ਅਨਿੰਦੋ ਚੱਕਰਵਰਤੀ ਅਭਿਸ਼ਾਰ ਸ਼ਰਮਾ সোহੇਲ ਰਸ਼ਮੀ ਬਰਗੇ ਪੱਤਰਕਾਰਾਂ ਦੇ ਘਰੇ ਛਾਪੇਮਾਰੀ ਕੀਤੀ ਆ ਮੋਬਾਈਲ ਲੈ ਗਈ ਆ ਮੋਬਾਈਲ ਲੈ ਗਏ ਨੇ ਉਹਨਾਂ ਦੇ ਲੈਪਟਾਪ ਲੈ ਗਏ ਨੇ ਤੇ ਖੰਗਾਲੇ ਜਾ ਰਹੇ ਨੇ ਕਹਿੰਦੇ ਇਹਨਾਂ ਦਾ ਕੋਈ ਕੰਪਨੀ ਹੈਗੀ ਆ ਅਮਰੀਕਾ ਦੀ ਜਿਹੜੀ ਕਿ ਚੀਨ ਦੇ ਸਬੰਧ ਵੀ ਟ੍ਰੈਂਡ ਚ ਲਾਉਂਦੀ ਆ ਤੇ ਉਹ ਉਸ ਉਹ ਫੰਡ ਦਿੰਦੀ ਆ ਮੁਲਕ ਮੁਲਕਾਂ ਦੇ ਵਿੱਚ ਕੁਝ ਸੰਸਥਾਵਾਂ ਨੂੰ ਕਹਿੰਦੇ ਉਹ ਤੋਂ ਫੰਡ ਲਿਆ ਨਿਊਜ਼ ਕਲਿੱਕ ਨੇ अच्छा ਕਨੇ ਫੰਡ ਲਿਆ ਤੇ ਉਸਨੇ ਫੰਡ ਲੈਂ ਕਰਕੇ ਇਹ ਇੱਕ ਵੱਡਾ ਬਜਰਗੁਨਾਹ ਕੀਤਾ ਚੀਨ ਦੇ ਪ੍ਰਤੀ ਟ੍ਰੈਂਡ ਚਲਾਉਣ ਦਾ ਉਹਨੇ ਕਹਿੰਦੇ ਖਬਰਾਂ ਮਿਲਾਂ ਜਾਂਦੇ ਨਿਊਜ਼ ਕਲਿੱਕ ਨੇ ਇਸ ਕਰਕੇ ਇਹ ਭਾਰਤ ਵਿਰੋਧੀ ਕਾਰਵਾਈ ਆ ਹੁਣ ਕਿਉਂ ਚੀਨ ਦੇ ਪ੍ਰਤੀ ਟ੍ਰੈਂਡ ਚਲਾਉਣਾ ਭਾਰਤ ਦੇ ਵਿਰੋਧੀ ਕਾਰਵਾਈ ਕਿਵੇਂ ਹੋ ਗਈ ਹੂੰ ਤੇ ਉਹ ਕਹਿੰਦੇ ਵੀ ਇਹ ਭਾਰਤ ਗੁਰੋਧੀ ਕਾਰਵਾਈ ਆ ਤੇ ਇਹਨਾਂ ਨੂੰ ਉਹਨਾਂ ਨੇ ਬਹੁਤ ਵੱਡੇ ਪਦ ਤੇ ਤਸੀਲ ਕਰਤਾ ਕੇ ਦਫ਼ਤਰ ਨਿਊਜ਼ ਕਲਿੱਕ ਦਾ ਹਾਂ ਤੇ ਕਰ ਲਏ ਗਏ ਆ ਜੀ ਦੀ ਐਡੀਟਰ ਗਿਲਡ ਨੇ ਕਿਹਾ ਹੈ ਬੜੀ ਖਤਰਨਾਕ ਕਾਰਵਾਈ ਹੈ ਤੇ ਇਹ ਕਲਮਾ ਨੂੰ ਕਲਮਾ ਦੀ ਜ਼ੁਬਾਨ ਬੰਦੀ ਕਰਨ ਦਾ ਕੰਮ ਹੈ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ ਇੰਡੀਆ ਗੱਠਜੋੜ ਕਹਿੰਦਾ ਵੀ ਭਾਸਕਰ ਪਹਿਲਾਂ ਤੇ ਹੋਰ ਕਈ ਸਾਰੇ ਅਖਬਾਰ ਕਈ ਸਾਰੇ ਵੈਬਸਾਈਟਾਂ ਤੋਂ ਬਾਅਦ ਹੁਣ ਨਿਊਜ਼ ਕਲਿੱਕ ਤੇ ਕਾਰਵਾਈ ਕਰਨੀ ਨਰਿੰਦਰ ਮੋਦੀ ਦੀ 2024 ਦੇ ਵਿੱਚ ਜੋ ਇਹ ਜਿਹੋ ਜਿਹੇ ਕੰਮ ਕਰ ਰਹੇ ਨੇ ਇਹ ਉਹ ਤੋਂ ਲੱਗਦਾ ਕਿ ਠਠੰਬਰ ਕੇ ਘਬਰਾ ਕੇ ਕਿ ਹੁਣ ਮੁੜ ਕੇ ਫੇਰ মিডিਆ ਦੇ ਪੱਤਰਕਾਰਾਂ ਨੂੰ ਜਿਹੜੇ ਕਹਿੰਦੇ ਵੱਧ ਬੋਲਦੇ ਆ ਇਹਨਾਂ ਦੀ ਲੋਚਨਾ ਕਰਦੇ ਉਹਨਾਂ ਉਹਨਾਂ ਲੋਕਾਂ ਦੇ ਉੱਪਰ ਕਰ ਕਿਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਸਾਹਿਬ ਦਾ ਜੋ ਲਾਈਵ ਸਟ੍ਰੀਮਿੰਗ ਦੇ ਉੱਤੇ ਜੋ ਬਿਆਨ ਸੀਗਾ ਵੀ ਇਹਦੇ ਉੱਤੇ ਕੋਈ ਨਿਜ਼ਮ ਹੋਣੀ ਚਾਹੀਦੀ ਉਹਨਾਂ ਨੇ ਸਿਰਫ ਨਿਜ਼ਮਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਇਹ ਨਹੀਂ ਕਿਹਾ ਕਿ ਬੰਦ ਕਰ ਦੋ ਬੈਨ ਕਰ ਦੋ ਮੈਂ ਰੋਕ ਦਵਾਗਾ ਜਾਂ ਕਰ ਦਵਾਗਾ ਉਹ ਕਰ ਦਵਾਗਾ ਹਨ ਮੈਂ ਕਿੰਨਾ ਕਿ ਜਿਵੇਂ ਕੁਕੜੀ ਖੰਧਾਰ ਨੂੰ ਪੈਂਦੀ ਹੈ ਸਾਡਾ ਡੱਬੂ মিডিਆ ਏਵੇਂ ਇਸ ਬਿਆਨ ਨੂੰ ਪਿਆ ਉਦੇ ਪਿੱਛੇ ਕਾਰਨ ਕੀ ਆ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਿਊਡੋ ਸਾਹਿਬ ਦਾ ਕਨਸੈਪਟ ਕੀ ਆ ਮਤਲਬ ਜਿਹੜੀ ਲਾਈਵ ਸਟ੍ਰੀਮਿੰਗ ਦੇ ਬਾਰੇ ਤੇ ਇਹ ਜਿਹੜੇ ਮੀਡੀਆ ਨੇ ਇਹ ਵੀ ਤਾਂ ਲਾਈਵ ਸਟ੍ਰੀਮਿੰਗ ਦੇ ਬਾਰੇ ਹੀ ਆ ਜਿਹੜੇ ਬੋਲਦੇ ਜਿੰਨਾ ਤੇ ਹੁਣ ਆ ਜਿਹੜੇ ਕੇਸ ਵੀ ਆ ਯੂਪੀਏ ਦੇ ਤਹਿਤ ਵੀ ਪਦ ਲੱਗਾ ਕਿ ਵੀ ਆਪਾਂ ਵੀ ਲੱਗ ਸਕਦਾ ਇਹਨਾਂ ਤੇ ਮੈਂ ਖਬਰ ਸਾਂਝੀ ਕੀਤੀ ਹੈ ਜੋ ਆਪਾਂ ਲੱਗਦਾ ਜੋ ਆਪਾਂ ਲਾਤਾ ਮੈਂ ਕੁਝ ਕੇਸ ਤਾਂ ਆਪਾਂ ਲਾਤਾ ਨੇ ਤੇ ਕੀ ਇਹ 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 ਬੋਲਣ ਦੀ ਆਜ਼ਾਦੀ ਤਾਂ ਗळा ਨਹੀਂ ਕੁੱਟਿਆ ਜਾ ਰਿਹਾ ਬਿਲਕੁਲ ਸਪਸ਼ਟ ਇਹ ਇਹ ਮੀਡੀਆ ਚੱਕੇ ਕਰਾ ਹੁਣ ਇਹ ਗੋਦੀ ਮੀਡੀਆ ਇਹਨੂੰ ਇਹਨੂੰ ਕਿਵੇਂ ਪ੍ਰਚਾਰ ਰਿਹਾ ਜੀ ਦੇਸ਼ ਵਿਰੋਧੀ ਕਾਰਵਾਈ ਕਰ ਬਸ ਦੇਸ਼ ਵਿਰੋਧੀ ਹੋ ਗਿਆ ਬਸ 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 ਹਜਿਦਾ ਹੁਣ ਜੇ ਕੱਲ ਕ੍ਰਿਨ ਪ੍ਰਧਾਨ ਮੰਤਰੀ ਨੇ ਕਿਹਾ ਅੱਜ ਇੱਕ ਨਾ ਹੋਰ ਖਬਰ ਸੀਗੀ ਦੇਖੋ ਮੀਡੀਆ ਦੀ ਸੋਚ ਵੇਖੋ ਮੈਂ ਕਹਿੰਦਾ ਡੱਬੂ ਮੀਡੀਆ ਜਿਹੜਾ ਵਾ ਉਹ ਕਿਵੇਂ ਮਤਲਬ ਆਪਣਾ ਤੋਰੀ ਫੁਲਕਾ ਚਲਾਉਂਦਾ ਇਹ ਜਿਹੜੀ ਹੈ ਬਰਟੇਨ ਨੇ ਜਿਹੜੀਆਂ ਸ਼ੀਸਾ ਨੇ ਨਾ ਸਟੂਡੈਂਟਸ ਫੀਸਾ ਜਿਹੜੀਆਂ ਨੇ ਜਾਂ ਵਿਜ਼ਟਰ ਫੀਸਾ ਵਧਾ ਦਿੱਤੀਆਂ ਨੇ ਤੇ ਜੇ ਅੱਜ ਕੈਨੇਡਾ ਗਵਰਨਮੈਂਟ ਨੇ ਕਿਤੇ ਮਾੜਾ ਮੋਟਾ 2 4 5 ਡਾਲਰ 10 ਡਾਲਰ ਉਹਨਾਂ ਦੇ ਕਿੰਨੇ ਵਧਾਏ 10 15 ਡਾਲਰ ਵਧਾਏ ਹੁੰਦੇ ਬਦਲਾ ਲਓ ਨੀਤੀ ਹੈ ਕੈਨੇਡਾ ਕੀ ਦੇਖਿਏ ਭਾਰਤ ਕੇ ਸਾਥ ਮੈ ਕਹਣਾ ਨਨੇ ਉਹ ਕਿਲ ਕਿਲ ਕੇਣਾ ਆਪਣੇ ਕੱਚੇ ਲਬੇੜ ਲੈਣੇ ਸੀਗੇ ਜੇ ਕਿਤੇ ਕੈਨੇਡਾ ਗਵਰਨਮੈਂਟ ਨੇ ਪੈਸੇ ਥੋੜੇ ਬਧੇ ਵਧਾਏ ਆ ਬਰਤਾਨੀਆ ਨੇ ਵਧਾ ਦਿੱਤਾ ਬੜੀ ਸਾਫ ਸਿੰਪਲ ਜੀ ਖਬਰ ਲਾਈ ਹੈ ਖਬਰ ਕੀ ਲਈ ਮੈਂ ਤਰਸਨਾ ਹੀ ਦਿੰਦਾ ਕੋਣ ਤੁਸੀਂ ਤੁਸੀਂ ਹੋਰ ਸੁਣੋ ਚਾਹਵਾਸੋ ਗੱਲ ਹਾਂ 43 ਸਵਾਰਤੀਆਂ ਨੂੰ ਭਾਰਤ ਨੇ ਕੈਨੇਡਾ ਜਿਹੜੇ 43 ਸਵਾਰਤ ਖਾਨੇ ਦੇ ਵਿੱਚ ਟੋਮੈਟ ਹੈਗੇ ਆ ਉਹਨਾਂ ਨੂੰ ਕੈਨੇਡਾ ਵਾਪਸ ਭੇਜਣ ਦਾ ਆਰਡਰ ਕਰਤੇ ਆ ਹਾਂਜੀ ਇਹਨਾਂ ਨੂੰ ਕਹਤਾ ਉਹ ਦੱਸ ਤੱਕ ਤੁਸੀਂ ਜਾਓ ਚਲੋ ਉਹ ਤਾਂ ਡਿਪਲੋਮੈਟਿਕ ਵਾਰ ਹੈਗੀ ਆ ਉਹ ਅੱਜ ਨਹੀਂ ਕੱਲ ਸਹੀ ਹੋ ਜਣੀ ਹੈ ਉੱਪਰੋਂ ਚੋਂ ਵਾਪਸ ਵੀ ਚਲੇ ਜਾਣਗੇ ਕਈਆਂ ਥਾਵਾਂ ਤੇ ਚਲੇ ਜਾਣਗੇ ਚਾਹਵਾਸੋ ਸੁਣੋ ਪ੍ਰੋਡੋ ਸਾਹਿਬ ਦਾ ਬਿਆਨ ਤੇ ਕੀ ਆਇਆ ਤੁਸੀਂ ਸਿੱਧਾ ਪੜਾ ਵੀ ਹੋਣਾ ਪਰ ਦਿੱਤਾ ਮੈਂ ਟਰੂਡੋ ਸਾਹਿਬ ਕਹਿੰਦੇ ਆ ਅਸੀਂ ਭਾਰਤ ਦੇ ਨਾਲ ਕੋਈ ਤਣਾਅ ਨਹੀਂ ਵਧਾਉਣਾ ਕਿਸੇ ਵੀ ਗੱਲ ਨਹੀਂ ਕਿਸੇ ਵੀ ਗੱਲ ਤੇ ਅਸੀਂ ਨਹੀਂ ਕਹਿੰਦੇ ਕਿ ਭਾਰਤ ਨਾਲ ਕੋਈ ਤਣਾਅ ਵਧੇ ਜੋ ਕਾਰਵਾਈ ਕਰ ਰਹੇ ਠੀਕ ਜੋ ਉਹਨਾਂ ਨੂੰ ਮਰਜ਼ੀ ਕਰਮ ਤੇ ਜਦ ਕਿ ਮੀਡੀਆ ਲਿਖ ਰਿਹਾ ਦੇਖੋ ਹੁਣ ਟਰੂਡੋ ਸਾਹਿਬ ਟਰੂਡੋ ਜਿਹੜਾ ਹੈਗਾ ਉਹ ਇਸ ਭਾਰਤ ਦੀ ਇਸ ਜਵਾਬ ਦਾ ਕੀ ਕਾਰਵਾਈ ਕਰੇਗਾ ਭਾਰਤੀ ਮੀਡੀਆ ਇਹ ਗੱਲਾਂ ਕਰ ਰਿਹਾ ਉਹਨੇ ਇਹ ਗੱਲ ਦੋ ਲਫ਼ਜ਼ਾਂ ਨਾਲ ਨਵੇੜਤੀ ਕਹਿੰਦੇ ਭਾਰਤ ਨਾਲ ਕੈਨੇਡਾ ਨਹੀਂ ਵਧਾਉਣਾ ਚਾਹੁੰਦਾ ਖਬਰ ਉਹ ਆ ਕਿ ਬਰਤਾਨਵੀ ਸਟੂਡੈਂਟ ਤੇ ਵਿਜ਼ਿਟਰ ਵੀਜ਼ੇ ਲਈ ਲੱਗੇਗੀ ਜ਼ਿਆਦਾ ਫੀਸ ਤੇ ਜੇ ਕਿਤੇ ਇਹ ਕੈਨੇਡਾ ਗਵਰਨਮੈਂਟ ਹੁੰਦਾ ਕੈਨੇਡਾ ਗਵਰਨਮੈਂਟ ਸਟੂਡੈਂਟ ਤੇ ਵਿਜ਼ਿਟਰ ਵੀਜ਼ੇ ਲੱਗੇਗੀ ਜ਼ਿਆਦਾ ਫੀਸ ਤੇ ਇਹਨਾਂ ਦੇ ਇਹਨਾਂ ਮੈਂ ਕਿਹਨਾ ਚੀਕਾਂ ਨਿਕਲੀਆਂ ਸੀਗੀਆਂ ਛੱਡ ਖੜਾ ਦੇ ਬੁਰਾ ਹਾਲ ਹੋ ਜਾਣਾ ਸੀਗਾ ਇਹ ਤੇ ਸੋਚ ਆ ਕਹਿ ਰਣੀ ਵੇ ਆਖਰੀ ਕੁਐਸਚਨ ਮੇਰਾ ਇੱਕ ਛੋਟਾ ਜਿਹਾ ਜੇਕਰ ਤਦਾ ਜਵਾਬ ਆਪਾਂ ਲੈ ਲਈਏ ਤੇ ਫਿਰ ਪਾ ਵਾਈਂਡ ਅਪ ਕਰਦੇ ਆ 9058131320 ਨਾਦੇੜ ਦਾ ਕਾਂਡ ਹੋਇਆ ਕੱਲ ਕਹਿਣ ਕਹਿ ਸਕਦੇ ਆ ਸ਼ੰਕਰਾਜ ਚੋਹਾਨ ਸਰਕਾਰੀ ਹਸਪਤਾਲ ਦੇ ਵਿੱਚ ਚਲ 24 ਮੌਤਾਂ ਹੋਈਆਂ ਸੀ ਉਹਦੇ ਵਿੱਚ ਗਿਣਤੀ ਹੋ ਗਈ ਆ ਹੁਣ 31 ਦੀ ਵੈਸੇ ਮੌਤ ਤਾਂ ਇੱਕ ਵੀ ਹੋਵੇ ਕਿਸੇ ਕਾਰਨ ਵੀ ਹੋਵੇ ਜਿਸ ਘਰ ਦੇ ਵਿੱਚ ਉਹ ਲੋਥ ਪਈ ਹੁੰਦੀ ਆ ਉਸ ਘਰ ਦੇ ਵਿੱਚ ਚੀਕ ਚਿਹਾੜਾ ਹੋ ਰਿਹਾ ਹੁੰਦਾ ਜਿਸ ਤਨ ਲੱਗੇ ਸੋ ਤਾਂ ਜਾਣੇ ਸਾਡੇ ਵਾਸਤੇ ਤਾਂ 31 ਦਾ ਅੰਕੜਾ ਹੈ ਇਹ ਉਥੋਂ ਵਾਲੇ ਡੱਬੂ ਮੀਡੀਆ ਨੂੰ ਦਿਖਾਈ ਨਹੀਂ ਦਿੱਤਾ ਹੁਣ ਆਪੀ ਇਹਦੇ ਪਿੱਛੇ ਕਾਰਨ ਕੀ ਐ 31 ਮੌਤਾਂ ਹੋਈਆਂ ਨੇ 16 ਬਸੂ ਬੱਚੇ ਨੇ 8 ਪੁਰਸ਼ ਤੇ 7 ਔਰਤਾਂ ਨੇ ਕੀ ਕਾਰਨ ਐ ਪਤਾ ਲੱਗਾ ਕਹਿੰਦੇ ਕਿ ਸਪਲਾਈ ਨਹੀਂ ਆ ਰਹੀ ਮੈਡੀਸਨ ਦੀ ਇਹ ਸਪਲਾਈ ਅਸਰਚਤ ਜਿਹੜੇ ਕਿ ਉਹ ਜਿਹੜੇ ਮਰੀਜ਼ਾਂ ਦੇ ਜੋ ਮਰਿਤਕ ਹੈ ਉਹਨਾਂ ਦੇ ਬਾਰਸ ਦਾ ਕਹਿ ਰਹੇ ਸਪਲਾਈ ਨਹੀਂ ਆ ਰਹੀ ਡਾਕਟਰ ਨਹੀਂ ਆ ਉੱਥੇ ਹੈਗੇ ਹੁਣ ਬੈੱਡ ਨਹੀਂ ਹੈਗੇ 600 ਬੈੱਡਾਂ ਦਾ ਹਸਪਤਾਲ ਆ 1200 ਬੰਦੇ ਉੱਥੇ ਭਰਤੀ ਨੇ ਮਰੀਜ਼ ਨੇ ਤੇ ਉੱਥੇ ਦਵਾਈ ਦੇ ਅੱਛਾ ਇਹਨਾਂ ਦੇ ਕੀ ਕਹਿ ਰਹੇ ਨੇ ਹਸਪਤਾਲ ਵਾਲੇ ਕਹਿੰਦੇ ਜੀ ਇਹ ਤਾਂ ਕੁਦਰਤੀ ਮੌਤਾਂ ਨੇ ਇੱਕ ਹਾਰਟ اٹੈਕ ਨਾਲ ਹੋਈ ਆ ਜੀ ਇੱਕ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਜੀ ਇੱਕ ਦੇ ਬੱਚਾ ਹੋਣ ਵਾਲਾ ਸੀਗਾ ਜੀ ਉਸ ਕਰਕੇ ਜੀ ਇਤਨਾ ਪੰਜ ਸੱਤ ਦਾ ਦੇ ਉਹਨਾਂ ਨੇ ਕੁਝ ਲੱਭ ਰਹੇ ਆ ਅਸੀਂ ਕਾਰਨ ਵੀ ਕੀ ਕਾਰਨ ਨੇ ਮਰ ਗਿਆ 31 ਮੌਤਾਂ ਦੇ ਸਿੰਪਲ ਕਾਰਨ ਗਿਣਾ ਰਹੀ ਆ ਪ੍ਰਸ਼ਾਸਨ ਇਹ ਇਹ ਗੱਲ ਹੀ ਸਮਝ ਆ ਰਹੀ ਵੀ ਨਾਲੇ ਅੱਛਾ ਮੀਡੀਆ ਵੀ ਉੱਥੇ ਦਾ ਕੋਈ ਬਹੁਤਾ ਵਧੀਆ ਇਹਨੂੰ ਚੱਕ ਨਹੀਂ ਰਿਹਾ ਨਾ ਭਾਰਤੀ ਮੀਡੀਆ ਚੱਕਾ ਬਹੁਤਾ ਇਹ ਗੱਲ ਨੂੰ ਬਹੁਤ ਵੱਡੀ ਖਬਰਾਂ ਚੱਲਣਾ ਚਾਹੀਦੀ ਜੀ ਜੀ ਹਸਪਤਾਲ ਦੇ ਵਿੱਚ ਜਿੱਤੇ ਲੋਕ ਬਚਣ ਜਾਂਦੇ ਜਿੱਥੇ ਮੈਂ ਕਹਿੰਦਾ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਇਹ ਖਬਰ ਨਹੀਂ ਦਿਖਾਈ ਦੇਣੀ ਸਾਡੇ ਬ੍ਰੈਂਟਨ ਦੇ ਵਿੱਚ ਕੋਈ ਇੱਥੇ ਕਿਤੇ ਰੱਬ ਨਾ ਕਰੇ ਕਿ ਉਹੋ ਜਿਹੀ ਘਟਨਾ ਵਾਪਰ ਗਈ ਹਸਪਤਾਲ ਦੇ ਵਿੱਚ ਵੇਟਿੰਗ ਲਾਈਨ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਤੇ ਉਹਨਾਂ ਨੇ ਤੇ ਪਰਤੂ ਪਾ ਦੇਣਾ ਉੱਥੇ ਉਹਨਾਂ ਨੂੰ ਆਹ ਖਬਰ ਦਿਖਦੀ ਹੈ 31 ਮੌਤਾਂ ਹੋਈਆਂ ਨਹੀਂ ਦਿਖਣੀਆਂ ਉੱਥੇ ਆਟਮਸੂਮ ਬੱਚੇ ਮਰ ਗਏ ਨਹੀਂ ਦੇਖਣਾ ਕਾਰਨ ਕੀ ਆ ਉਹ ਨਹੀਂ ਸਾਡੇ ਹਸਪੀਟਲਾਂ ਦੇ ਵਿੱਚ ਭਾਵੇਂ ਵੇਟਿੰਗ ਟਾਈਮ ਹੈ ਕਿਦਾ ਸਾਹਿਬ ਪੀਆਰ ਹੋਵੇ ਪਰਮਨੈਂਟ ਰੈਜ਼ੀਡੈਂਸੀ ਵੀ ਹੋਵੇ ਚਾਹੇ ਵਿਜ਼ਟਰ ਵੀ ਬੰਦਾ ਆਇਆ ਹੋਵੇ ਹਸਪੀਟਲ ਦੇ ਵਿੱਚ ਤੁਸੀਂ ਐਡਮਿਟ ਹੋ ਨਾ ਇੱਕ ਪਰਚੀ ਨਹੀਂ ਤੁਹਾਨੂੰ ਕੱਟ ਕੇ ਦਿੱਤੀ ਜਾਂਦੀ ਜੇ ਵਿਜ਼ਟ ਕੋ ਇੰਸ਼ੋਰੈਂਸ ਹੈਗੀ ਹੈ ਠੀਕ ਹੈ ਫਿਰ ਵੀ ਰੱਬ ਦੇ ਨਾਤੇ ਇਨਸਾਨ ਦੇ ਨਾਤੇ ਇਲਾਜ ਹੁੰਦਾ ਪੀਆਰ ਹੋਵੇ ਸਿਟੀਜ਼ਨ ਹੋਵੇ ਜਿੰਨਾ ਚਿਰ ਹਸਪੀਟਲ ਦੇ ਵਿੱਚ ਕੋਈ ਪਰਚੀ ਤੁਹਾਨੂੰ ਪ੍ਰੈਸਕ੍ਰਿਪਸ਼ਨ ਨਹੀਂ ਲਿਖ ਕੇ ਦਿੱਤੀ ਜਾਂਦੀ ਜੀ ਚਾਹੇ ਕਿੰਨੇ ਦਿਨ ਤੁਹਾਡਾ ਇਲਾਜ ਹੋਵੇ ਮੈਂ ਆਪਣੀ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਈਏ ਪਹਿਲਾਂ ਸੁਣਾ ਦਿੰਦਾ ਇੱਕ ਮੇਰੇ ਕੋਲ ਛੋਟਾ ਜਿਹਾ ਜਾਨਵਰ ਸੀ ਪੰਛੀ ਜੀ ਜੀ ਚਲੋ ਸਭ ਉਹ ਕਰ ਉੱਡ ਗਿਆ ਇੱਕ ਕਾਰ ਨਾਲ ਟਕਰਾਇਆ ਕਾਰ ਨਾਲ ਟਕਰਾਉਣ ਤੋਂ ਬਾਅਦ ਉਸ ਕਾਰ ਵਾਲੇ ਨੇ ਉਹਨੂੰ ਇੱਕ ਐਨੀਮਲ ਹਸਪੀਟਲ ਦੇ ਵਿੱਚ ਪਹੁੰਚਾਇਆ ਜਿਹੜੀ ਗਵਰਨਮੈਂਟ ਵੱਲੋਂ ਚਲਾਇਆ ਜਾਂਦਾ ਉਹਦਾ ਇਲਾਜ ਹੋਇਆ ਉਦੋਂ ਅਸੀਂ ਕਿ ਜੀ ਜੀ ਤੇ ਐਡਵਾਈਸ ਵੀ ਸਾਡਾ ਪੰਛੀ ਉੱਡ ਗਿਆ ਸਾਨੂੰ ਫੋਨ ਕੀਤਾ ਉਹਦਾ ਆਪਰੇਸ਼ਨ ਹੋਇਆ ਕੀ ਕੋਈ ਵਿਜਾਕਾਰ ਸੀ ਉਸ ਕੋ ਕੋ ਆਈਡੀ ਸੀ ਉਸ ਕੋ ਪੈਸਾ ਸੀ ਕੋਈ ਇਹ ਆ ਗ੍ਰੇਡਾ ਤੇ ਮਾਫ ਕਰਨਾ ਜੀ ਕਈਆਂ ਥਾਵਾਂ ਤੇ ਬੰਦਾ ਮਰਿਆ ਹੁੰਦਾ ਵੀਡੀਓ ਬਣਾ ਰਹੇ ਹੁੰਦੇ ਆ ਤੇ ਉਹਦੀ ਦੇਖਭਾਲ ਨਹੀਂ ਹੋ ਰਹੀ ਹੁੰਦੀ ਧੰਨਵਾਦ ਸਸਰੀ ਕਰ ਚਲੋ ਰੱਬ ਰਾਖਾ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ